मैं बस अपने दोस्तों नू अपने नाजरीन नू रिक्वेस्ट करना कि मेरी हेल्प कर। बिस्मिल्लाहिर्रहमानिर्रहीम अस्सलाम वालेकुम नाज़रीन, तुहाड़ा अपना मेज़बान तनवीर खान कावज तुहाड़ी खिदमत हाज़र है। तुसी देख रहे हो यूट्यूब चैनल अपना मुंडी खेल। अज असी आए हैं जी बारह मंगा शरीफ पिंड है, उहदे लागे जरपाल पिंड है, उत्थे अपने अरशद भाई ने इन्हां कोल आए हैं। इन्होंने साडे नाल वट्सएप ते राबता कीता सी। साडी थोड़ी जी नाअहली कि असी लेट पहुंचे हैं, लेकिन अज असी टाइम कढ़ के ते जरूर भाई अरशद भाई नूं मिलन वास्ते आ। तो मैं क्यों ना अपने नाज़रीन नूं भी जरा इन्हां दे बारे तुहाडे नाल जिहड़ा डिस्कस करने आ। इन्हां दी तुसी देख रहे हो इन्हां दीआं जिहड़ियां लत्तां ने किस तरह मसलें कि सुजियां होईआं ने, इहदे बारे च अरशद भाई नाल गलबात करके तुहाडे नाल शेयर करने आ। अस्सलाम वालेकुम अरशद भाई, की हाल है? वालेकुम सलाम भाई, ठीक है, ठीक ठाक जी। हाँ जी भाई। अच्छा अरशद भाई, जिस तरह तुसीं मैनूं वट्सएप ते अपनियां पिक्चरां भेजियां, मैं देखिया यार अल्लाह तआला दा लख लख शुक्र लोगों को करना चाहिए जिहड़े सेहत याब ने, कि अरशद भाई मसलन के बड़ी तकलीफ च ने, इन्हां दे तुसीं देखदे पे हो ना चल फिर सकते ने। अरशद भाई, ये बचपन तो ने या कोई किन्ने अरसे तो है बीमारी है? हाँ जी भाई, बचपन से है। बचपन से ही? हाँ जी। लेकिन पहले कम सी हुण ज़्यादा हो गई? हाँ जी, पहले कम ही, पहले थोड़ा ही, पहले मैं चल सकता हूँ, हुण नहीं चल सकता। अच्छा, हुण चल नहीं सकता, पहले चल सकते थे? हाँ जी भाई। अपने अरशद भाई केड़ी केड़ी जगह तुसीं चेक करवाया? लाहौर भाई चेक कराया, न्यू हॉस्पिटल ते एक जुना हॉस्पिटल जी। की कहंदे ने ਉਹ? ਕਹਿੰਦੇ ਜੀ ਇਲਾਜ ਨਹੀਂ ਹੋ ਸਕਦਾ, ਬਿਮਾਰੀ ਬਹੁਤ ਜ਼ਿਆਦਾ ਹੋ ਗਈ ਹੈ, ਪਾਕਿਸਤਾਨ 'ਚ ਇਲਾਜ ਨਹੀਂ ਹੈ ਇਹਦਾ। ਅਤੇ ਪੈਸਾ ਵੀ ਬਹੁਤਾ ਲੱਗਦਾ? ਪੈਸੇ ਬਹੁਤ ਜ਼ਿਆਦਾ, ਕਹਿੰਦੇ ਪੈਸੇ ਜਿਤਨੇ ਹੁਣ ਉਹਨੇ ਥੋੜ੍ਹੇ ਆ। ਅੱਛਾ, ਕਹਿੰਦੇ ਪੈਸੇ ਜਿੰਨੇ ਹੁਣ ਉਹਨੇ ਥੋੜ੍ਹੇ? ਹਾਂਜੀ, ਉਹ ਬੰਦੇ ਇੱਕ ਆਦਮੀ ਨੇ ਅੱਲਾ ਦੇ ਬੰਦੇ ਨੇ ਔਫਰ ਕੀਤੀ, ਉਹ ਕਹਿੰਦੇ ਕੁਛ ਪੈਸੇ ਦੱਸੋ ਸਹੀ ਜੀ। ਉਹਨਾਂ ਕਿਹਾ ਕਮ ਸੇ ਕਮ 14-15 ਲੱਖ ਤੋਂ ਵੀ ਜ਼ਿਆਦਾ ਹੁੰਦੇ ਨੇ। 14-15 ਲੱਖ? ਹਾਂਜੀ। ਨਹੀਂ, ਇਹ ਜਿਹਨਾਂ ਨੂੰ ਅੱਲਾ ਨੇ ਬੜਾ ਪੈਸਾ ਦਿੱਤਾ ਉਹਨਾਂ ਵਾਸਤੇ ਤਾਂ ਕੁਛ ਨਹੀਂ, ਅਤੇ ਗਰੀਬ ਬੰਦੇ ਵਾਸਤੇ ਤਾਂ ਬਹੁਤ ਜ਼ਿਆਦਾ ਨੇ। ਬਿਲਕੁਲ। ਅਰਸ਼ਦ ਭਾਈ, ਇਹ ਆਪਣੇ ਕੀ ਬਿਮਾਰੀ ਦਾ ਨਾਂ, ਇਹਨੂੰ ਕੀ ਕਹਿੰਦੇ ਨੇ ਡਾਕਟਰ ਸਾਹਿਬ? ਭਾਈ ਡਾਕਟਰ ਸਾਹਿਬ ਦੱਸਦੇ ਇਹ ਬਿਮਾਰੀ ਅਲੀਫੈਂਟ। ਅਲੀਫੈਂਟ? ਹਾਂਜੀ। ਅਰਸ਼ਦ ਭਾਈ ਦੇ ਜੀ ਅੰਗੂਠਿਆਂ ਤੋਂ ਲੈ ਕੇ ਨਾ ਆਪਣੇ ਇਹਨਾਂ ਦੇ ਧੜ ਤੱਕ ਮਿਸਾਲ ਆ, ਸਾਰਾ ਜਿਹੜਾ ਨਾ ਮਾਸ ਵੱਧ ਚੁੱਕਿਆ, ਆਪਣੇ ਲੱਤਾਂ ਨੂੰ ਵੀ ਚੁੱਕ ਕੇ ਨਾ ਅੱਗੇ ਪਿੱਛੇ ਕਰਦੇ ਨੇ। ਅਰਸ਼ਦ ਭਾਈ ਮੈਨੂੰ ਦੱਸਦੇ ਪਏ ਸੀ ਕਿ ਇਹ ਵੀ ਕੋਈ ਅੱਲਾ ਦਾ ਬੰਦਾ ਸੀ ਕਿ ਮੇਰੀ ਚਾਰਪਾਈ ਦੇ ਨਾਲ ਮੇਰੇ ਕਮਰੇ ਨੂੰ ਅਟੈਚ ਕਰ ਦਿੱਤਾ, ਵਾਸ਼ਰੂਮ ਦੀ ਸ਼ਕਲ ਦਵਾਤੀ ਕਿਸੇ ਨੇ, ਅਤੇ ਅੱਲਾ ਤਾਲਾ ਉਹਦਾ ਭਲਾ ਕਰੇ, ਅੱਲਾ ਤਾਲਾ ਉਹਨੂੰ ਜ਼ਿਆਦਾ ਦੇ ਜਿਹਨੇ ਇੰਨਾ ਕੁ ਖਰਚਾ ਕਰਕੇ ਅਤੇ ਅਰਸ਼ਦ ਭਾਈ ਦੀ ਸਹੂਲਤ ਕੀਤੀ ਕਿ ਆਪਣੀ ਚਾਰਪਾਈ ਤੋਂ ਨਾਲ ਵਾਸ਼ਰੂਮ ਬੈਠ ਸਕਦੇ ਨੇ। ਅਰਸ਼ਦ ਭਾਈ, ਬਾਹਰ ਅੰਦਰ ਜਾਣਾ ਹੋਏ ਤਾਂ ਕਿਸ ਨਾਲ ਜਾਂਦੇ ਹੋ ਤੁਸੀਂ? ਬਾਈ ਵੀਲ ਚੇਅਰ ਹੈ, ਮੇਰੇ ਦੋਸਤ ਲੈ ਕੇ ਜਾਂਦੇ ਆ। ਅੱਛਾ, ਦੋਸਤ ਲੈ ਕੇ ਜਾਂਦੇ ਨੇ? ਹਾਂਜੀ। ਅਤੇ ਵੀਲ ਚੇਅਰ 'ਤੇ? ਹਾਂਜੀ। ਅੱਛਾ, ਉੱਥੇ ਬਿਠਾ ਕੇ ਲੈ ਜਾਂਦੇ ਨੇ ਤੁਹਾਨੂੰ? ਹਾਂਜੀ। ਆਪਣੇ ਅਰਸ਼ਦ ਭਾਈ ਕਹਿੰਦੇ ਨੇ ਕਿ ਵੀਲ ਚੇਅਰ 'ਤੇ ਅਗਰ ਅੱਗੇ ਪਿੱਛੇ ਕਿਤੇ ਜਾਣਾ ਹੈ, ਵਰਨਾ ਤੁਸੀਂ ਖੁਦ ਜਾ ਨਹੀਂ ਸਕਦੇ, ਮਿਸਾਲ ਰਿੜ ਕੇ ਵੀ ਨਹੀਂ ਜਾ ਸਕਦੇ? ਨਹੀਂ ਭਾਈ, ਖੁਦ ਨਹੀਂ ਮੈਂ ਜਾ ਸਕਦਾ। ਅਤੇ ਅਰਸ਼ਦ ਭਾਈ ਦੇ ਵਾਲਦ ਸਾਹਿਬ ਨੇ, ਉਹ ਵੀ ਬਿਮਾਰ ਨੇ, ਉਹ ਵੀ ਇਹਨਾਂ ਦੇ ਨਾਲ ਚਾਰ ਪਾਈ 'ਤੇ ਲੰਮੇ ਪਏ ਹੁੰਦੇ ਨੇ। ਔਰ ਅਰਸ਼ਦ ਭਾਈ, ਘਰ ਦਾ ਨਿਜ਼ਾਮ ਕਿਸ ਤਰ੍ਹਾਂ ਚੱਲਦਾ ਯਾਰ? ਬਾਈ ਬਸ ਅੱਲਾ ਦਾ ਸ਼ੁਕਰ ਹੈ, ਭਾਈ ਮਜ਼ਦੂਰੀ ਕਰਦਾ ਹੈ। ਇੱਕ ਭਾਈ ਮਜ਼ਦੂਰੀ ਕਰਦਾ? ਹਾਂਜੀ। ਕੋਈ ਹੈ ਅੱਲਾ ਦਾ ਬੰਦਾ ਜਿਹੜਾ ਕੋਈ ਮਦਦ ਕਰਦੇ ਨੇ? ਹਾਂ ਭਾਈ, ਕੋਈ ਹੈ, ਕਦੀ ਕਦੀ ਹੋ ਜਾਂਦੀ ਹੈ ਮਦਦ, ਕਦੀ ਨਹੀਂ ਹੁੰਦੀ। ਚਲੋ, ਆਪਣੇ ਅਸੀਂ ਨਾਜ਼ਰੀਨ ਦੱਸਣਾ ਚਾਹੁੰਦੇ ਹਾਂ ਕਿ ਅਰਸ਼ਦ ਭਾਈ ਦਾ ਤੁਸੀਂ ਦੇਖਦੇ ਪਏ ਹੋ, ਬਾਕੀ ਇਹਨਾਂ ਦਾ ਇਹ ਕਿਸ ਤਰ੍ਹਾਂ ਕਿਤੇ ਆਉਂਦੇ ਜਾਂਦੇ ਨੇ, ਕਿਸ ਤਰ੍ਹਾਂ ਵਾਸ਼ਰੂਮ ਜਾਂਦੇ ਨੇ, ਔਰ ਇਹਨਾਂ ਦੇ ਵਾਲਦ ਸਾਹਿਬ ਵੀ ਬਿਮਾਰ ਨੇ, ਇੱਕ ਭਾਈ ਨੇ ਉਹ ਮਜ਼ਦੂਰੀ ਮਿਹਨਤ ਮਜ਼ਦੂਰੀ ਕਰਦੇ ਨੇ, ਅਤੇ ਜਿਹੜੇ ਕੋਈ ਚਾਰ ਪੈਸੇ ਮਿਲਦੇ ਨੇ, ਤੁਹਾਨੂੰ ਪਤਾ ਅੱਜ ਦੀ ਮਹਿੰਗਾਈ 'ਚ ਮਜ਼ਦੂਰੀ ਵਾਲੇ ਬੰਦੇ ਦਾ ਤਾਂ ਗੁਜ਼ਾਰਾ ਵੈਸੇ ਚਲਾਉਣਾ ਬੜਾ ਮੁਸ਼ਕਲ ਆ, ਅਤੇ ਇੱਕ ਵਾਲਦ ਸਾਹਿਬ, ਇੱਕ ਭਾਈ, ਆਪਣੇ ਬੀਵੀ ਬੱਚੇ, ਬੜੀ ਮੁਸ਼ਕਲ ਹੋ ਜਾਂਦੀ ਆ। ਮੈਂ ਆਪਣੇ ਦੋਸਤਾਂ ਨੂੰ ਹਮੇਸ਼ਾ ਕਹਿੰਦਾ ਕਿ ਅਸੀਂ ਲੋਕ, ਮੈਂ ਅੱਜ ਤੱਕ ਮੇਰੇ ਜਿੰਨੇ ਨਾਜ਼ਰੀਨ ਸਾਨੂੰ ਦੇਖਦੇ ਨੇ, ਫਾਲੋ ਕਰਦੇ ਨੇ, ਕਿ ਅਸੀਂ ਕਿੰਨੇ ਮੇਲੇ ਵਿਜ਼ਿਟ ਕਰਨੇ ਆ, ਕਿੰਨੇ ਕਬੱਡੀਆਂ ਵਿਜ਼ਿਟ ਕਰਨੇ ਆ, ਅਤੇ ਮਾਸ਼ਾਅੱਲਾ ਸਾਡੇ ਜਿੰਨੇ ਵੀ ਸਾਡੇ ਵੱਡ ਵਡੇਰੇ ਨੇ, ਲੋਕ ਬਹੁਤ ਪੈਸਾ ਦਿੰਦੇ ਨੇ, ਬਹੁਤ ਪੈਸਾ ਦਿੰਦੇ ਨੇ, ਲੇਕਿਨ ਮੈਂ ਅਕਸਰ ਸੋਚਣਾ ਔਰ ਅਕਸਰ ਕਹਿਣਾ ਕਿ ਯਾਰ ਅੱਲਾ ਦੀ ਰਾਹ 'ਚ ਸ਼ਾਇਦ ਦਿੰਦੇ ਹੋਣ, ਲੇਕਿਨ ਇਹ ਕਿ ਯਾਰ ਕਦੇ ਅੱਲਾ ਦੀ ਰਾਹ 'ਚ ਆਪਣੇ ਹਮਸਾਏ, ਆਪਣੇ ਪਿੰਡਾਂ 'ਚ ਆਲ ਦੁਆਲੇ ਦੇਖਿਆ ਕਰੋ ਕੋਈ ਇਸ ਤਰ੍ਹਾਂ ਦਾ ਬੰਦਾ ਕਿ ਯਾਰ ਜਿਹਦੀ ਤੁਸੀਂ ਹੌਸਲਾ ਅਫਜ਼ਾਈ ਕਰ ਸਕੋ। ਕਿਸੇ ਦੇ ਦਿੱਤਿਆਂ ਤਾਂ ਪੂਰੀ ਨਹੀਂ ਪੈਂਦੀ, ਲੇਕਿਨ ਇਹ ਕਿ ਥੋੜ੍ਹੀ ਬਹੁਤੀ ਹੌਸਲਾ ਅਫਜ਼ਾਈ ਕਰ ਦਿਉ ਤਾਂ ਚਲੋ ਕਿਸੇ ਦਾ ਨਿਜ਼ਾਮ ਚੱਲ ਜਾਂਦਾ ਯਾਰ। ਅਰਸ਼ਦ ਭਾਈ, ਜਿਸ ਤਰ੍ਹਾਂ ਨੇ ਅਗਰ ਜਿਹੜੇ ਸਾਡੇ ਸਾਬੇ ਤਫੀਕ ਲੋਕ ਨੇ ਸਾਡੀ ਵੀਡੀਓ ਦੇਖਣ, ਤਾਂ ਜ਼ਰੂਰ ਅਰਸ਼ਦ ਭਾਈ ਦੀ ਮਦਦ ਕਰਨੀ। ਅਰਸ਼ਦ ਭਾਈ ਦਾ ਨੰਬਰ ਵੀ ਮੇਰੇ ਕੋਲ, ਅਰਸ਼ਦ ਭਾਈ ਦਾ ਵਟਸਐਪ ਨੰਬਰ ਵੀ ਹੈ, ਅਤੇ ਮੈਂ ਤੁਹਾਨੂੰ ਤੁਸੀਂ ਸਕਰੀਨ 'ਤੇ ਦੇਖਦੇ ਪਿਓ ਅਰਸ਼ਦ ਭਾਈ ਦਾ ਨੰਬਰ, ਇਹਦੇ ਨਾਲ ਤੁਸੀਂ ਕੰਟੈਂਟ ਕਰਨਾ, ਇਹਨਾਂ ਕੋਲੋਂ ਜੈਜ਼ ਕੈਸ਼ ਦਾ ਨੰਬਰ ਪੁੱਛਣਾ, ਔਰ ਇਹਨਾਂ ਨਾਲ ਰਾਬਤਾ ਕਰਕੇ ਜਿੰਨੀ ਵੀ ਹਸਵੇ ਤਫੀਕ ਹੋਏ ਤੁਹਾਡੇ ਕੋਲ ਜ਼ਰੂਰ ਮਦਦ ਕਰਿਓ ਯਾਰ। ਦੇਖੋ, ਤੁਸੀਂ ਹਜ਼ਾਰਾਂ ਪੈਸੇ ਲੁਟਾਉਂਦੇ ਹੋ, ਹਜ਼ਾਰਾਂ ਪੈਸੇ ਦਿੰਦੇ ਹੋ,
ਨੱਚਣ ਗਾਉਣ ਵਾਲਿਆਂ ਨੂੰ, ਕਬੱਡੀਆਂ ਦੇ ਹਰ ਤਰ੍ਹਾਂ, ਤੁਸੀਂ ਜਿੱਥੇ ਵੀ ਸ਼ੋਅ ਮਿੰਟ ਹੁੰਦੀ ਹੈ ਅਤੇ ਯਾਰ ਕਿਤੇ ਅੱਲਾਹ ਦੀ ਰਜ਼ਾ ਵਾਸਤੇ ਵੀ ਦੇਖ ਕੇ ਦੇਖੋ, ਬੜੀਆਂ ਦੁਆਵਾਂ ਮਿਲਦੀਆਂ ਜੀ। ਅੱਲਾਹ ਤਾਲਾ ਤੁਹਾਨੂੰ ਤੌਫੀਕ ਦੇ ਜ਼ਿਆਦਾ ਤੋਂ ਜ਼ਿਆਦਾ ਕਿ ਤੁਸੀਂ ਅਰਸ਼ਦ ਭਾਈ ਦੀ ਮਦਦ ਕਰੋ। ਔਰ ਅਰਸ਼ਦ ਭਾਈ ਦਾ ਅਗਰ ਕੋਈ ਸਾਹਿਬੇ ਤੌਫੀਕ, ਸਾਡੇ ਬਹੁਤ ਸਾਰੇ ਦੋਸਤ ਬਾਹਰ ਦੇ ਮੁਲਕਾਂ 'ਚ ਆਪਣੇ ਅਟੈਚ ਨੇ ਸਾਡੇ ਨਾਲ, ਬੜੇ ਬੜੇ ਅਮੀਰ ਲੋਕ ਸਾਡੇ ਨਾਲ ਅਟੈਚ ਨੇ, ਅਤੇ ਅਗਰ ਉਹ ਵੀ ਸਾਡੀ ਵੀਡੀਓ ਦੇਖਣ ਤਾਂ ਤੁਸੀਂ ਦੇਖਦੇ ਪਿਓ ਕਿ ਅਰਸ਼ਦ ਭਾਈ ਦੀ ਬਿਮਾਰੀ ਦੱਸਦੇ ਪਏ ਨੇ ਕਿ ਬੜੀ ਵੱਧ ਗਈ ਦੀ ਆ, ਲੇਕਿਨ ਇਲਾਜ ਹੋ ਸਕਦਾ। ਪਰ ਕਹਿੰਦੇ ਨੇ 14-15-20 ਲੱਖ ਰੁਪਇਆ ਡਾਕਟਰ ਕਹਿੰਦੇ ਨੇ ਲੱਗੇਗਾ, ਅਤੇ ਫਿਰ ਭਾਈ ਇਹਦਾ ਕੋਈ ਹੱਲ ਹੋ ਸਕਦਾ। ਅਤੇ ਯਾਰ ਬੜੇ ਬੜੇ ਅੱਲਾਹ ਨੇ ਐਸੇ ਸਾਹਿਬੇ ਤਫੀਕ ਲੋਕ ਹੈ ਨੇ ਜਿਨ੍ਹਾਂ ਨੂੰ ਪੈਸੇ ਦਾ ਪਤਾ ਹੀ ਨਹੀਂ ਕਿ ਕਿੰਨਾ ਕੁ ਪੈਸਾ ਅੱਲਾਹ ਤਾਲਾ ਨੇ ਦੇਣਾ। ਅਤੇ ਮੇਰਾ ਆਉਣ ਦਾ ਵੀ ਮਕਸਦ ਇਹੀ ਹੈ ਕਿ ਅਰਸ਼ਦ ਭਾਈ ਦੀ ਯਾਰ ਤੁਸੀਂ ਜ਼ਰੂਰ ਹੈਲਪ ਕਰਨੀ ਹੈ। ਔਰ ਜਿੰਨੇ ਸਾਡੇ ਪ੍ਰਦੇਸ਼ 'ਚ ਰਹਿਣ ਵਾਲੇ ਭਾਈ ਨੇ ਸਾਹਿਬੇ ਤਫੀਕ, ਅਗਰ ਉਹ ਇਲਾਜ ਨਹੀਂ ਕਰਵਾ ਸਕਦੇ ਤਾਂ ਯਾਰ ਉਹ ਰਾਬਤਾ ਕਰਕੇ, ਅਰਸ਼ਦ ਭਾਈ ਦੇ ਨੰਬਰ 'ਤੇ ਸਕਰੀਨ 'ਤੇ ਤੁਸੀਂ ਨੰਬਰ ਚੱਲਦਾ, ਪਹਿਲੇ ਵੀ ਵੇਖਿਆ ਹੁਣ ਵੀ ਵੇਖਦੇ ਪਿਓ, ਇਹ ਜ਼ਰੂਰ ਤੁਸੀਂ ਰਾਬਤਾ ਕਰਨਾ ਅਰਸ਼ਦ ਭਾਈ ਨਾਲ ਯਾਰ। ਜਿੰਨੀ ਵੀ ਤਫੀਕ ਤੁਹਾਡੇ ਕੋਲ, ਜਿੰਨੀ ਵੀ ਤਫੀਕ ਹੋਏ, ਇਹਨਾਂ ਨੂੰ ਜਾਇਜ਼ ਕੈਸ਼ ਭੇਜਣਾ ਤਾਂ ਕਿ ਇਹਨਾਂ ਦਾ ਸਰਕਟ ਥੋੜ੍ਹਾ ਵਧਾਉਣਾ ਚੱਲੇ। ਅਤੇ ਜਿਹੜੇ ਸਾਹਿਬੇ ਤਫੀਕ ਨੇ ਬਾਹਰ ਦੇ ਮੁਲਕਾਂ 'ਚ, ਕੈਨੇਡਾ 'ਚ, UK 'ਚ, ਨਿਊਯਾਰਕ, ਅਮੈਰੀਕਾ 'ਚ, ਯਾਰ ਬਹੁਤ ਅੱਲਾਹ ਤਾਲਾ ਨੇ ਨਵਾਜ਼ਿਆ ਲੋਕਾਂ ਨੂੰ, ਤਾਂ ਜ਼ਰੂਰ ਹੈਲਪ ਕਰਿਓ ਭਾਈ ਦੀ। ਔਰ ਅਰਸ਼ਦ ਭਾਈ ਤੁਸੀਂ ਕੋਈ ਆਪਣੇ ਸਾਡੇ ਨਾਜ਼ਰੀਨ ਆਪਣੇ ਦਿਲ ਦੀ ਕੋਈ ਗੱਲ, ਕੋਈ ਐਸੀ ਕੋਈ ਗੁਜ਼ਾਰਿਸ਼ ਕਰਨਾ ਚਾਹੋਗੇ? ਬਾਈ ਮੈਂ ਬਸ ਆਪਣੇ ਦੋਸਤਾਂ ਨੂੰ, ਆਪਣੇ ਨਾਜ਼ਰੀਨ ਨੂੰ ਰਿਕੁਐਸਟ ਕਰਨਾ ਕਿ ਮੇਰੀ ਹੈਲਪ ਕਰਨ, ਮੇਰੀ ਵੀਲਚੇਅਰ ਖਰਾਬ ਹੋ ਗਈ, ਉਹਨੂੰ ਠੀਕ ਕਰਾ ਦੇਣ। ਚਲੋ ਜੀ, ਵੀਲਚੇਅਰ ਕਹਿੰਦੇ ਨੇ ਖਰਾਬ ਹੋ ਗਿਆ, ਵੀਲਚੇਅਰ ਦੀ ਯਾਰ ਖਰਾਬ ਹੋ ਗਿਆ ਤਾਂ ਨਵੇਂ ਲੈ ਕੇ ਦੇ ਸਕਦੇ ਨੇ, ਨਵੀਂ ਵੀਲਚੇਅਰ। ਅੱਜ ਕੱਲ੍ਹ ਤਾਂ ਆਟੋ ਵੀਲਚੇਅਰ ਆਈ ਦੀ ਆ, ਜਿਹੜੀ ਅਲਹਮਦੁਲਿਲਾ ਗੱਡੀਆਂ ਤਰ੍ਹਾਂ ਚੱਲਦੀ ਆ, ਥੋੜ੍ਹੀ ਜਿਹੀ ਮਹਿੰਗੀ ਹੋਏਗੀ, ਲੇਕਿਨ ਜਿਹਨੂੰ ਹਸਬੇ ਤਫੀਕ ਹੋਏ ਯਾਰ, ਇਹਨਾਂ ਨੂੰ ਬੜੀ ਮਿਹਰਬਾਨੀ ਹੋਏਗੀ। ਅਗਰ ਕੋਈ ਇਲੈਕਟ੍ਰੋਨਿਕ ਵੀਲਚੇਅਰ ਅਗਰ ਕੋਈ ਵੀਰ ਲੈ ਕੇ ਦੇ ਸਕਦਾ, ਤਾਂ ਜਾਂ ਇੱਕ ਹੋਰ ਹੈ ਕਿ ਅਗਰ ਤੁਸੀਂ ਕਈ ਦੋਸਤ ਨਹੀਂ ਨਾ ਕੁਛ ਕਰ ਸਕਦੇ, ਤਾਂ ਯਾਰ ਸਾਡੀ ਜ਼ਾਤ ਵਾਸਤੇ ਨਹੀਂ, ਅਰਸ਼ਦ ਭਾਈ ਦੀ ਜ਼ਾਤ ਵਾਸਤੇ ਇਸ ਵੀਡੀਓ ਨੂੰ ਇੰਨਾ ਕੁ ਸ਼ੇਅਰ ਕਰੋ ਕਿ ਹੋ ਸਕਦਾ ਕਿਸੇ ਐਸੇ ਬਾਲਾ ਕਾਮ ਤੱਕ ਸਾਡੀ ਵੀਡੀਓ ਚੱਲ ਜੇ, ਕੋਈ ਐਸੇ ਬੰਦੇ ਤੱਕ ਵੀਡੀਓ ਚੱਲ ਜੇ ਕਿ ਜਿਹਨੂੰ ਖੁਦਾ ਤਰਸੀ ਹੋਵੇ, ਉਹਨਾਂ ਨੂੰ ਤਰਸ ਆ ਜੇ ਸਾਡੇ ਅਰਸ਼ਦ ਭਾਈ 'ਤੇ, ਅਤੇ ਕੋਈ ਇਲੈਕਟ੍ਰੋਨਿਕ ਵੀਲਚੇਅਰ ਲੈ ਦੇ, ਕੋਈ ਇਹਨਾਂ ਦਾ ਆਪਰੇਸ਼ਨ ਕਰਵਾ ਦੇ, ਕੋਈ ਇਹਨਾਂ ਦੀ ਮਦਦ ਕਰ ਦੇ ਕਿਸੇ ਤਰ੍ਹਾਂ, ਕਿਸੇ ਵੀ ਤਰ੍ਹਾਂ ਤੁਸੀਂ ਮਦਦ ਕਰ ਸਕਦੇ ਹੋ। ਵੀਡੀਓ ਨੂੰ ਸ਼ੇਅਰ ਕਰਕੇ ਵੀ ਕਰ ਸਕਦੇ ਹੋ, ਇਹਨਾਂ ਨੂੰ ਜਾਇਜ਼ ਕੈਸ਼ ਪੈਸੇ ਭੇਜ ਕੇ ਕਰ ਸਕਦੇ ਹੋ। ਸਾਡੇ ਅਹਿਲੇ ਇਲਾਕਾ ਜ਼ਿਲ੍ਹਾ ਨਾਰਵਲ 'ਚ ਅਗਰ ਕੋਈ ਲੱਗ ਗਏ, ਕਿਸੇ ਵੀ ਤਰ੍ਹਾਂ, ਕੋਈ ਵੀ ਯਾਰ ਕਿਸੇ ਵੀ ਤਰ੍ਹਾਂ ਤੁਸੀਂ ਇਹਨਾਂ ਨਾਲ ਮਦਦ ਕਰਨਾ ਚਾਹੁੰਦੇ ਹੋ ਤਾਂ ਕਰੋ ਜ਼ਰੂਰ ਯਾਰ। ਇਹਨਾਂ ਦਾ ਮੋਬਾਈਲ ਨੰਬਰ ਤੁਸੀਂ ਸਕਰੀਨ 'ਤੇ ਦੇਖਦੇ ਪਿਓ ਬਾਰ ਬਾਰ, ਸਾਡੀ ਵੀ ਗੁਜ਼ਾਰਿਸ਼ ਹੈ, ਅਰਸ਼ਦ ਭਾਈ ਦੀ ਵੀ ਗੁਜ਼ਾਰਿਸ਼ ਹੈ, ਇਹਨਾਂ ਦੇ ਵਾਲਦ ਵੀ ਜਿਹੜੇ ਨੇ ਬਿਮਾਰ ਨੇ, ਠੀਕ ਨਹੀਂ ਹੈ, ਖੁਦ ਵੀ ਇੰਝ ਹੈ, ਅਤੇ ਘਰ ਦਾ ਸਰਕਟ, ਔਰ ਘਰ ਵੀ ਤੁਹਾਨੂੰ ਅਸੀਂ ਥੋੜ੍ਹਾ ਜਿਹਾ ਵਿਊ ਚੈੱਕ ਕਰਵਾ ਰਹੇ ਹਾਂ ਕਿ ਘਰ ਵੀ ਜਿਹੜਾ ਨਾ ਨਾਰਮਲ ਹੈ, ਖਸਤਾ ਹਾਲਤ ਹੈ। ਜਿਹੜਾ ਵਾਸ਼ਰੂਮ ਦੱਸਿਆ ਇਹਨਾਂ ਦੀ ਬੈਕ ਸਾਈਡ 'ਤੇ ਬਣਿਆ, ਇਹ ਵੀ ਕਿਸੇ ਭਾਈ ਦਾ ਮਿਹਰਬਾਨੀ ਹੈ, ਅੱਲਾਹ ਤਾਲਾ ਉਹਨੂੰ ਜਜ਼ਾਏ ਖੈਰ ਦੇ ਕਿ ਜਿਹਨੇ ਇਹਨਾਂ ਨੂੰ ਆਪਣੇ ਵਾਸ਼ਰੂਮ ਇੱਕ ਦੋ ਭਾਈ ਨੇ ਬਣਵਾ ਕੇ ਦਿੱਤਾ, ਅਤੇ ਚਲੋ ਇੰਨੀ ਕੁ ਸਹੂਲਤ ਹੋ ਗਈ ਕਿ ਉਹ ਆਪਣੇ ਵਾਸ਼ਰੂਮ ਜਾ ਸਕਦੇ। ਅਰਸ਼ਦ ਭਾਈ ਤੁਸੀਂ ਦੇਖ ਰਹੇ ਹੋ ਬਚਪਨ ਤੋਂ ਇਸ ਬਿਮਾਰੀ 'ਚ ਮੁਬਤਲਾ ਨੇ, ਅਤੇ ਬੜਾ ਮੁਸ਼ਕਲ ਹੁੰਦਾ, ਅਤੇ ਜਿਹੜੇ ਲੋਕ ਸਿਹਤਮੰਦ ਨੂੰ ਅੱਲਾਹ ਤਾਲਾ ਦਾ ਲੱਖ ਲੱਖ ਸ਼ੁਕਰ ਕਰਿਆ ਕਰੋ। ਸਾਨੂੰ 24 ਘੰਟੇ ਦੌੜ ਹੁੰਦੀ ਹੈ ਪੈਸੇ ਦੀ ਕਿ ਪੈਸਾ ਕਮਾ ਲਈਏ, ਇੰਝ ਕਰੀਏ, ਜਿਹਦੇ ਕੋਲ ਪੈਸਾ ਨਹੀਂ ਸ਼ਾਇਦ ਉਹ ਹੀ ਗਰੀਬ ਬੰਦਾ। ਮੇਰੇ ਭਾਈ ਜਿਹਦੇ ਹੱਥ ਪੈਰ ਠੀਕ ਹੈ ਨਾ, ਮੈਂ ਕਹਿੰਦਾ ਅੱਲਾਹ ਤਾਲਾ ਦਾ ਲੱਖ ਲੱਖ ਸ਼ੁਕਰ ਕਰਿਆ ਕਰੋ। ਇੱਕ ਕੰਡਾ ਚੁੱਭ ਜੇ ਨਾ ਤਾਂ ਪੂਰੇ ਜਿਸਮ 'ਚ ਦਰਦ ਹੁੰਦੀ ਆ, ਅਤੇ ਬੰਦੇ ਨੂੰ ਯਾਦ ਆਉਂਦਾ ਰੱਬ। ਅਤੇ ਉਹ ਦੇਖੋ ਬਚਪਨ ਤੋਂ ਲੈ ਕੇ ਹੁਣ ਤੱਕ ਆਪਣੀਆਂ ਲੱਤਾਂ ਨੂੰ ਉਠਾ ਉਠਾ ਕੇ ਕਿਸ ਨਾ ਉਹ ਤੁਰ ਫਿਰ ਨਹੀਂ ਸਕਦੇ, ਮਹਿਤਾਜ ਨੇ ਆਪਣੇ ਯਾਰਾਂ ਦੋਸਤਾਂ ਦੇ। ਬੜੀ ਮੁਹੱਬਤ ਹੋਏਗੀ ਤੁਹਾਡੀ, ਉਮੀਦ ਕਰਨਾ ਕਿ ਸਾਡੀ ਵੀਡੀਓ ਨੂੰ ਸ਼ੇਅਰ ਵੀ ਕਰੋਗੇ, ਔਰ ਅਰਸ਼ਦ ਭਾਈ ਨੂੰ ਸਾਡੀ ਵੀਡੀਓ ਦੇਖਦਿਆਂ ਤੁਸੀਂ ਰਾਬਤਾ ਵੀ ਕਰੋਗੇ ਇਨਸ਼ਾਅੱਲਾ ਤਾਲਾ। ਇਸ ਵੀਡੀਓ ਨੂੰ ਇੰਨਾ ਸ਼ੇਅਰ ਕਰਨਾ ਕਿ ਕਿਸੇ ਬਾਲਾ ਕਾਮ ਤੱਕ, ਬੈਤੁਲ ਮਾਲ ਵਾਲਿਆਂ ਤੱਕ, ਕਿਸੇ ਤੱਕ, ਪਾਕਿਸਤਾਨ ਦੇ ਅਦਾਰੇ ਤੱਕ ਇਹਨਾਂ ਦੀ ਵੀਡੀਓ ਪਹੁੰਚੇ, ਉਹ ਦੇਖਣ। ਅਤੇ ਸਭ ਤੋਂ ਵੱਡੀ ਗੱਲ ਆ ਕਿ ਇੱਕ ਇਲੈਕਟ੍ਰੋਨਿਕ ਜਿਹੜੀ ਆ ਵੀਲਚੇਅਰ, ਉਹਨਾਂ ਨੂੰ ਮੁਹੱਈਆ ਕਰਨ। ਦੂਸਰਾ, ਅਗਰ ਕੋਈ ਸਾਹਿਬੇ ਤਫੀਕ ਬੰਦਾ, ਕੋਈ ਭਰਾ ਰਲ ਮਿਲ ਕੇ ਅਗਰ ਇਹਨਾਂ ਦਾ ਇਲਾਜ ਕਰਵਾ ਦੇਣ, ਤਾਂ ਯਾਰ ਬੜੀ ਮਿਹਰਬਾਨੀ ਹੋਏਗੀ। ਮੈਂ ਆਇਆ ਇਹਨਾਂ ਕੋਲ ਅੱਜ, ਅਤੇ ਸਿਰਫ ਆਇਆ ਕਿ ਆਪਣੇ ਨਾਜ਼ਰੀਨ ਨੂੰ ਦਿਖਾਉਣ ਵਾਸਤੇ। ਤੁਸੀਂ ਜ਼ਰੂਰ ਹੈਲਪ ਕਰਨੀ ਹੈ, ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ, ਆਬਾਦ ਰੱਖੇ। ਆਪਣੇ ਅਰਸ਼ਦ ਭਾਈ ਨਾਲ, ਆਪਣੇ ਤਨਵੀਰ ਖਾਨ ਕਾਵਸ਼ ਨੂੰ ਦਿਓ ਇਜਾਜ਼ਤ। ਅੱਲਾਹ ਹਾਫਿਜ਼।